ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਕੀ ਹਾਲ ਚਾਲ, ਕੈਮ ਲੋ ਤੁਹਾਡਾ ਸਾਰਿਆਂ ਦੇ ਇੱਕ ਵਾਰ ਫਿਰ ਤੋਂ ਵੈਲਕਮ ਕਰਦੇ ਹਾਂ। ਹੋਪਫੁਲ ਤੁਸੀਂ ਸਾਰੇ ਘੈਂਟ ਹੋਵੋਗੇ ਅਤੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਜੋ ਵੀ ਚੈਨਲ 'ਤੇ ਪਹਿਲੀ ਵਾਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਪ੍ਰੈਸ ਬੈਲ ਆਈਕਨ ਅਤੇ ਮੇਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਫਿਰ ਲਾਈਫ ਦੀ ਜਿਹੜੀ ਅਵੇ ਤੁਹਾਨੂੰ ਸਾਰਿਆਂ ਨੂੰ ਮਿਲਦੀ ਰਹੇ। ਸੋ ਅੱਜ ਦਾ ਵਲੋਗ ਤੁਹਾਡੇ ਲਈ ਬਹੁਤ ਇਨਫੋਰਮੇਟਿਵ ਰਹੂਗਾ। ਸੋ ਜਿੱਦਾਂ ਮੈਂ ਪਹਿਲਾਂ ਘੁੰਮਣ ਗਏ ਸੀਗੇ ਆਪਾਂ, ਤੁਸੀਂ ਉਹ ਵਲੋਗ ਦੇਖਿਆ ਆਉਣਾ, ਉਸ ਤੋਂ ਬਾਅਦ ਅੱਜ ਦਾ ਵਲੋਗ ਹੈ। ਸੋ ਅੱਜ ਦੇ ਵਲੋਗ 'ਚ ਤੁਹਾਨੂੰ ਪਤਾ ਲੱਗੂਗਾ ਕਿ ਜਦੋਂ ਤੁਸੀਂ ਇੰਡੀਆ ਤੋਂ ਕੋਰੀਅਰ ਮੰਗਾਉਣਾ ਅਤੇ ਜਿਹੜਾ ਇੰਡੀਆ ਦਾ ਰੌਲਾ ਪਿਆ ਹੋਇਆ ਵੀ ਤੁਸੀਂ ਕੋਈ ਸਮਾਨ ਮੰਗਵਾ ਸਕਦੇ ਹੋ, ਆਉਣਾ ਜਾਣਾ ਕੋਈ ਹੋ ਰਿਹਾ ਕਿ ਨਹੀਂ ਹੋ ਰਿਹਾ, ਸਾਰੀ ਚੀਜ਼ਾਂ ਬਾਰੇ ਤੁਹਾਨੂੰ ਦੱਸਿਆ ਜਾਊਗਾ ਇਸ ਵਲੋਗ ਦੇ ਵਿੱਚ, ਅਤੇ ਕਿੰਨੇ ਪੈਸੇ ਲੱਗੇ, ਕਿੰਨਾ ਵੇਟ ਆ, ਕਿਹੜੇ ਹਿਸਾਬ ਨਾਲ ਤੁਸੀਂ ਕੋਰੀਅਰ ਮੰਗਵਾ ਸਕਦੇ ਹੋ, ਸਾਰੀ ਡਿਟੇਲਾਂ ਤੁਹਾਨੂੰ ਸ਼ੇਅਰ ਕਰਾਂਗੇ। ਸੋ ਮੈਂ ਕੋਰੀਅਰ ਮੰਗਵਾ ਰੱਖਿਆ ਆਲਰੇਡੀ, ਮੇਰਾ ਹਾਲੇ ਟਰਾਂਸਿਟ ਆ, ਬਟ ਨਾਲ ਦੇ ਮੇਰੇ ਰੂਮਮੇਟ ਬਾਈ ਦਾ ਜਿਹੜਾ ਮੇਰੇ ਨਾਲ ਰਿਵਰਸਿੰਗ ਫੋਲ ਘੁੰਮਣ ਗਿਆ ਸੀ ਉਹਨਾਂ ਦਾ ਆ ਗਿਆ, ਅਤੇ ਅੱਜ ਆਪਾਂ ਜਾਣਾ ਫੈਡਐਕਸ ਤੋਂ ਪਿਕਅਪ ਕਰਨ। ਸੋ ਆਹ ਬਾਈ ਦਾ ਆ ਗਿਆ ਕੋਰੀਅਰ, ਆਪਾਂ ਅੱਜ ਆਉਣਾ ਚੱਕਣ। ਫਿਲਹਾਲ ਆਪਾਂ ਰਿਜ਼ਿਊਮੇ ਬਣਦੇ ਫਿਰਦੇ ਬਾਈ ਦੇ। ਬਾਈ ਹੈਲੋ ਹੈਲੋ ਕਰ ਦਿਓ, ਕਿ ਜੋਬ ਜੋ ਲਵਾ ਦਿਓ, ਕਿ ਜੋਬ ਲਵਾ ਦਿਓ, ਕੋਈ ਜੋਬ ਲਵਾ ਦਿਓ ਯਾਰ, ਜੋਬ ਜੋ ਲਵਾ ਦਿਓ ਕੋਈ, ਹੈ ਰਿਜ਼ਿਊਮੇ ਬਣਦੇ ਫਿਰਦੇ। ਲਓ ਜੀ ਆਪਾਂ ਆ ਗਏ ਹਾਂ ਰਿਜ਼ਿਊਮਿਆਂ ਨੂੰ ਸੁੱਟ ਸੁੱਟ ਕੇ ਡ੍ਰੌਪ ਕਰ ਕਰਕੇ ਸਟੋਰਾਂ ਦੇ ਉੱਤੇ, ਲੱਗ ਜਾਣੀ ਜੋਬ ਤੇਰੀ, ਦੇਖੋ ਕੀ ਲੋਕਾਂ ਦਾ ਆਸ਼ੀਰਵਾਦ, ਪੈੜੀ ਨਜ਼ਰ ਲੋਕਾਂ ਦੀ। ਆਹੋ ਹੁਣ ਆਪਾਂ ਪੈਟਰੋਲ ਪੰਪ ਦੇ ਕੇ ਆਉਣਾ। ਚਲੋ ਮੈਂ ਨਹੀਂ ਦੇਣਾ, ਤੁਸੀਂ ਦੇਣਾ ਰਿਜ਼ਿਊਮ। ਚਲੋ ਫਿਰ ਆਪਾਂ ਚੱਲੀਏ ਫੈਡਐਕਸ ਵਾਲਿਆਂ ਦੇ, ਆਪਦਾ ਕੋਰੀਅਰ ਚੱਕ ਲਈਏ। ਕੀ ਕੀ ਮੰਗਾਇਆ ਸੀ, ਪਿੰਨੀਆਂ ਮੰਗਾਈਆਂ ਨੇ, ਪਿੰਨੀਆਂ ਨੇ, ਕੱਪੜੇ ਨੇ, ਸ਼ੂ ਨੇ। ਆਪਾਂ ਨੂੰ ਪਿੰਨੀਆਂ ਦਾ ਮਤਲਬ ਹੈ, ਅਸੀਂ ਪਿੰਨੀਆਂ ਖਾਣੇ, ਮੇਰੀਆਂ ਪਿੰਨੀਆਂ 10 ਦਿਨਾਂ ਤੱਕ ਆਉਣੀ, ਪਹਿਲਾਂ ਤੇਰੇ ਵਾਲੇ ਚੱਕਦੇ ਨੀ ਉਹਨਾਂ ਨੇ, 10 ਦਿਨ ਪੂਰੇ ਆਪਾਂ ਚੱਕਦੇ ਨੇ, ਫਿਰ ਮੇਰੇ ਵਾਲੀਆਂ ਆਉਣਗੀ ਬਾਹਰ। ਗਲਤ ਉਤਰ ਗਿਆ ਆਪਾਂ, ਡਿੱਗ ਜਾਣਾ ਆਪਾਂ ਇੱਧਰੋਂ, ਥੋੜੀ ਚੜ੍ਹਾਈ ਜੀ ਬਣੀ। ਸੋ ਲਓ ਵੀ ਬਾਈ ਗਿਆ ਪਹਿਲਾਂ ਸਬਵੇ 'ਚ, ਹੁਣ ਦੁਬਾਰਾ ਫਿਰ, ਪਹਿਲਾਂ ਵੀ ਇੱਕ ਵਾਰ ਰਿਜ਼ਿਊਮ ਫੜਾ ਕੇ ਆਇਆ ਸੀਗਾ, ਕਹਿੰਦਾ ਇੱਕ ਵਾਰ ਫੋਲੋ ਅਪ ਲੈ ਆਈਏ। ਇੱਧਰ ਹੈਗਾ ਸਬਵੇ, ਉਹ ਕਿੱਧਰ ਗਿਆ, ਹੋਰ ਉਹ ਜਾਂਦਾ ਵੇ ਅੰਦਰ ਸਾਡਾ ਬੰਦਾ, ਅਤੇ ਆਪਾਂ ਖੜੇ ਹਾਂ ਇਰਵਿੰਗ ਵਾਲੇ ਟਰੱਕਾਂ ਵਾਲੇ ਪੰਪ 'ਤੇ। ਉਹ ਖੜੇ ਝੋਟੇ ਬਸ ਟਰੱਕਾਂ ਦਾ ਇਸ਼ਕ ਆਪਣਾ ਉੱਦਾਂ ਹੀ ਪੰਜਾਬੀਆਂ ਨਾਲ, ਹੌਲੀ ਹੌਲੀ ਆਪਾਂ ਤੁਰੇ ਜਾਣਾ ਬੱਸ ਸਟੈਂਡ ਤੱਕ, ਫਿਰ ਬਾਈ ਦਾ ਕੋਰੀਅਰ ਲੈ ਕੇ ਆਉਂਦੇ ਜਾ ਕੇ। ਤੁਸੀਂ ਦੱਸ ਦਿਓ ਕਮੈਂਟ ਕਮੁੰਟ ਕਰਕੇ ਕਿ ਜੇ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਪ੍ਰੋਪਰ, ਹੈ ਨਾ, ਬਾਈ ਚਾਂਸ ਵੀਡੀਓ 'ਚ ਅਸੀਂ ਨਹੀਂ ਦੱਸ ਪਾਉਂਦੇ ਕੋਈ ਚੀਜ਼ਾਂ, ਰਹਿ ਵੀ ਜਾਂਦੇ ਘੱਟ ਵੱਧ, ਤੁਸੀਂ ਕਮੈਂਟ ਕਰਕੇ ਜਾਂ DM ਕਰਕੇ ਪੁੱਛ ਸਕਦੇ ਹੋ ਕੋਰੀਅਰ ਕੋਰੀਅਰ ਕਿੱਦਾਂ ਮੰਗਵਾਉਣਾ, ਇਲੈਕਟ੍ਰੋਨਿਕ ਗਿਆ, ਖਾਣ ਪੀਣ ਦੀ ਆਈਟਮ ਜਾਂ ਗਰਮ ਗਰਮ ਕੱਪੜੇ, ਸਾਰੀ ਚੀਜ਼ਾਂ ਬਾਰੇ ਤੁਹਾਨੂੰ ਮੈਂ ਦੱਸ ਦੂੰਗਾ ਡਿਟੇਲ ਦੇ ਵਿੱਚ, ਤੁਸੀਂ ਮੈਸੇਜ ਕਰ ਸਕਦੇ ਹੋ, ਕੋਈ ਇੱਦਾਂ ਦਾ ਇਸ਼ੂ ਨੀਗਾ। ਸੋਸ਼ਲ ਮੀਡੀਆ ਹੈਂਡਲਸ ਤੁਹਾਨੂੰ ਆਉਂਦੇ ਵੀ ਹੋਣਗੇ ਸਾਰੇ ਸਕਰੀਨ ਦੇ, ਉੱਥੋਂ ਫੋਲੋ ਕਰਕੇ ਮੈਨੂੰ ਮੈਸੇਜ ਕਰ ਲਿਓ, ਬਾਕੀ ਨੂੰ ਵੇਟ ਕਰ ਲਾਂ ਬਾਈ ਆ ਜਾਵੇ, ਮਾਨੇ ਚਿਰ ਧੁੱਪ ਸਿੱਖ ਲਵਾਂ। ਲਓ ਵੀ ਬੰਦਾ ਆ ਗਿਆ ਸਾਡਾ, ਚੱਕ ਇਹਨੂੰ ਕਹਿੰਦੇ ਆ ਗੱਡੀ ਰਖਾ ਦਿੰਦੇ, ਗੱਡੀ ਇੰਨੀ ਪਹੁੰਚ ਆਇਆ, ਗੱਡੀ ਰੋਕ ਜਾਂਦੀ ਵਿੱਚ ਚਾਲੇ ਸੜਕ ਲੰਘਦਾ ਹੋਵੇ, ਗੱਲਬਾਤ ਹੈ ਗੱਲਬਾਤ ਗੱਲਬਾਤ, ਫੜਫੜ ਕਰੀ ਜਾ ਹਵਾ ਨਾਲ। ਆਹ ਵੀ ਕੀ ਕਹਿੰਦੇ ਕੀ ਕਹਿੰਦੇ, ਰੱਖ ਲਿਆ ਤਨਖਾਹ, ਦੇ ਦਿਖਾ ਤੇਰੇ ਬਾਈ, ਚੈੱਕ ਦਿੱਤਾ ਕੱਟ ਕੇ, ਕਹਿੰਦੇ ਮੈਨੇਜਰ ਲਾਵਾਂਗੇ। ਅੱਛਾ ਮੈਨੇਜਰ ਲਾਵਾਂਗੇ, ਕਿਆ ਯਾਰ ਮੈਨੇਜਰ, ਅੱਜ ਮੇਰੇ ਕੋਲ ਟਾਈਮ ਨੀਗਾ ਪੜ੍ਹਨਾ ਹੋ ਜਾਂਦਾ। ਮਿੱਤਰੋ ਬੱਸ ਆ ਗਈ ਆਪਣੀ, ਟਿਕਟ ਕਟਾਉਣ ਨਾਲ ਬੜਾ ਚੱਕਰ ਨਾ, ਪਾਸ ਹੋਣਾ ਚਾਹੀਦਾ ਸਾਰਿਆਂ ਕੋਲ, ਇੱਥੇ ਪੈ ਜਾਓ ਮੋਰੇ ਮੋਰੇ।
ਅਟਲਾਂਟਿਕ ਸੁਪਰ ਸਟੋਰ ਜਿੱਥੇ ਤੁਸੀਂ ਮੇਰੀ ਫੋਟੋ ਦੇਖੀ ਹੋਣੀ, ਤੁਹਾਨੂੰ ਸਕਰੀਨ ਤੇ ਸ਼ੋਅ ਹੋ ਰਹੀ ਹੋਣੀ ਆ। ਪਿੱਛੇ ਆਈ ਫਲੈਗ ਦੇਖ ਰਿਹਾ, ਇਹ ਸਟੈਪਲਸ ਆ। ਸਟੈਪਲਸ ਦੇ ਉੱਤੇ ਸਾਡਾ ਕੋਰੀਅਰ ਆਇਆ ਹੈ, ਜਾ ਕੇ ਚੱਕਦੇ ਹਾਂ, ਦੇਖਦੇ ਹਾਂ ਕਿ ਕਸਟਮ ਡਿਊਟੀ ਕਿੰਨੀ ਪੈਂਦੀ ਆ। ਕਸਟਮ ਡਿਊਟੀ ਕਹਿੰਦੇ ਸੀ ਪੈਣੀ ਉਹ ਹੈ ਕੋਈ $15-20 ਤਾਂ ਘੱਟੋ ਘੱਟ ਹੋਣੀ ਮੈਨੂੰ ਲੱਗਦਾ। ਅੱਛਾ, ਸੈਂਤਰਾ ਲੈਣੀ, ਸੈਂਤਰਾ ਕੋਈ ਗੱਡੀ ਗੁੱਡੀ ਹੋਵੇ ਦੱਸੇ ਸਾਨੂੰ ਕਮੈਂਟ ਕਰਕੇ। ਪੁਰਾਣੀ ਇਹ ਲੱਭਦੇ, ਅਸੀਂ ਲੱਭਦੇ ਫਿਰਦੇ। ਹਾਂ ਪੁਰਾਣੀ ਪ੍ਰੀ ਆਉਣ ਦੀ ਹੁੰਦੀਆਂ ਨੇ। ਮੈਕ ਦਾ ਟਰੱਕ ਆ ਗਿਆ ਬਾਬੇ, ਚਲੋ ਜੀ ਚਲੋ, ਗੱਡੀ ਦੀ ਪਰਵਾਹ ਨਹੀਂ ਕਰਦੇ ਆਪਾਂ, ਗੱਡੀ ਵਾਲਾ ਰੋਕ ਲੈਣਾ। ਟਰੱਕ ਤਾਂ ਇਸ਼ਕ ਹੈ, ਟਰੱਕ ਨੂੰ ਥੋੜਾ ਮਨਾ ਕਰਾਂਗੇ। ਚਲੋ ਜੀ ਮੰਦਰ ਚੱਲਦੇ, ਜਾ ਕੇ ਦੇਖਦੇ ਕਿਆ ਸੀਨ ਆ। ਲੋ ਜੀ ਇੱਧਰ ਆਪਾਂ ਪਿੱਕ ਕਰਨਾ ਉਹਦਾ ਕੋਰੀਅਰ, ਉਹ ਕਾਊਂਟਰ 'ਤੇ ਜਾਣਾ ਪੈਣਾ, ਉੱਧਰ ਮੈਨੂੰ ਲੱਗਦਾ ਕਿ ਅੰਕਲ ਇੱਧਰ ਆਊਗਾ। ਅੰਕਲ ਕਿਹੜਾ ਪਿਆ, ਉਹ ਵੱਡਾ ਆ ਪਿੱਛੇ ਪਿਆ। ਹਾਂ ਉਹ ਤੇਰੇ ਲੱਗੀ ਜਾਂਦਾ ਮੈਨੂੰ, ਤੇਰੇ ਲੱਗੀ ਜਾਂਦਾ ਮੈਨੂੰ। ਪੈਸੇ ਨਹੀਂ ਦੇਣੇ, ਇੱਦਾਂ ਦੇਣਾ ਨਹੀਂ ਹੁੰਦੇ। ਉਹ ਪਿਆ ਬਾਈ ਦਾ ਕੋਰੀਅਰ ਬਾਈ, ਘਰ ਆਇਆ ਚੈੱਕ ਕਰੂਗਾ ਕੀ ਕੀ ਹੈ। ਲੋ ਬਾਈ ਕਰਾਉਂਦਾ ਵਾ ਕੋਰੀਅਰ ਦਾ ਡਿਟੇਲਾਂ ਡਿਟੂਲਾਂ। ਮੈਂ ਕਿਹਾ ਚੱਲ ਉਹਨਾਂ ਚਿਰ ਮੈਂ ਘੁੰਮ ਲੈਣਾ ਇੱਧਰ ਉੱਧਰ ਮਾੜਾ ਮੋਟਾ। ਇਹਨਾਂ ਨੇ ਪੱਖਾ ਛੱਡਿਆ ਨਹੀਂ ਠੰਡ 'ਚ, ਬਾਹਰ ਦਿੱਤੇ 1 ਡਿਗਰੀ ਟੈਂਪਰੇਚਰ ਹੈ, ਮੈਨੂੰ ਠੰਡ ਆ, ਮੇਰੇ ਤੋਂ ਬੋਲਿਆ ਵੀ ਨਹੀਂ ਜਾਂਦਾ ਪਿਆ, ਅਤੇ ਇਹਨਾਂ ਨੇ ਪੱਖੇ ਛੱਡੇ ਵੀ ਤੰਦਰਾਂ ਲੈਂਦਾ ਮਾਰਨਗੇ ਠੰਡ 'ਚ। ਡਨ ਡਨ, ਚਲੋ ਚਲੋ ਟਰਾਲੀ ਘਰੇ ਨਾ ਛੱਡਣਾ, ਟਰਾਲੀ ਟਰਾਲੀ ਭਾਲਦਾ, ਟਰਾਲੀ ਭਾਲਦਾ ਲੱਕੀ ਸਿੰਘ। ਚਲੋ ਜੀ ਟਰਾਲੀਆਂ ਦਾ ਫਿਰ ਬਾਹਰ ਲੈ ਕੇ ਜਾਣੇ ਨਾ, ਪੈਸੇ ਨਹੀਂ ਲਿੱਤੇ। ਚਲੋ ਵਧਾਈਆਂ, ਕਸਟਮ ਡਿਊਟੀ ਨਹੀਂ ਲੱਗੀ, ਸਭ ਤੋਂ ਵਧੀਆ ਗੱਲ, ਕਸਟਮ ਡਿਊਟੀ ਨਹੀਂ ਲੱਗੀ, ਤੁਹਾਨੂੰ ਫਾਇਦਾ ਹੋ ਗਿਆ, ਬਚਾਅ ਹੋ ਗਿਆ, $20-25 ਵੱਧ ਗਏ। ਚਲੋ ਪਾਰਟੀ ਹੋ ਗਈ, ਹੁਣ ਸ਼ਾਮੀ ਪੀਜ਼ਾ ਖਵਾ ਦੇਣਾ, ਹੁਣ ਪੀਜ਼ਾ ਖਵਾ ਦੇਣਾ ਤੁਸੀਂ, 50 ਥੋੜਾ ਹੋਣਾ, 25 ਦਾ ਹੋਣਾ ਪੀਜ਼ਾ। ਇਹ ਸਿਰਦਿਆਰ ਜੀ ਕਿੱਧਰ ਜਾਤਾ ਹੈ। ਲੋ ਵੀ ਮੁੰਡੇ ਦਾ ਆ ਗਿਆ ਕੋਰੀਅਰ, ਹੁਣ ਆਪਾਂ ਘਰ ਜਾ ਖਾਣੇ ਪਿੰਨੀਆਂ ਚਾਹ ਨਾਲ, ਫਿਰ ਅਸੀਂ ਕਾਲਜ ਆਉਣਾ, ਸਾਨੂੰ ਨੀਂਦ ਆ ਜਾਂਦੀ ਆ। ਮੈਂ ਤੇਰੀ ਫੋਟੋ ਖਿੱਚਾਂ ਕੋਰੀਅਰ ਨਾਲ, ਦੇਖ ਇੱਧਰ ਚੱਕ ਮਾਰਦੇ ਕਲਿੱਕ ਵਿੱਚ ਆਵਾ ਵੀਡੀਓ 'ਚ ਯਾਰ। ਚੰਗੀ ਵਾਲੀ ਧੁੱਪ ਨਿਕਲੀ ਸੀ, ਐਸੀ ਤੈਸੀ ਹੋ ਗਈ ਨੀ, ਠੰਡ ਲੱਗੀ ਹੋਈ ਹੁਣ। 1 ਡਿਗਰੀ ਅੰਦਰ ਪੱਖੇ ਚੱਲੀ ਜਾਂਦੇ ਸੀ, ਪਤਾ ਅੰਦਰ ਪੱਖੇ ਚਲਾ ਰੱਖੇ ਸੀ ਮੰਦਰ ਵਾਲੇ, ਪਾਗਲ ਹੈਗੇ ਨੇ ਸਾਡੇ, ਪੱਖੇ ਲਾ ਰੱਖੇ ਨੀ ਠੰਡ 'ਚ, ਇੰਨੇ ਇੱਥੇ ਤਾਂ ਠੰਡ 'ਚ ਬੁਰਾ ਹਾਲ ਹੋਇਆ ਪਿਆ, ਨੱਕ ਮੇਰਾ ਹੋ ਗਿਆ ਕੰਮ ਜਾ ਮੇਰਾ ਠੰਡ ਠੰਡ। ਬਸ ਆ ਗਈ ਮਿੱਤਰ, ਉਹ ਚੱਕੋ ਚੱਕੋ ਸਮਾਨ ਚੱਕੋ, ਦਿਖਾਓ ਪਾਸ ਬਾਈ, ਚਲੋ ਚਲੋ ਆ ਗਿਆ ਆਪਣਾ ਸਟੋਪ। ਚਲੋ ਵੀ ਹੁਣ ਆਪਾਂ ਪਹਿਲਾਂ ਕੋਰੀਅਰ ਨੂੰ ਘਰੇ ਰੱਖਾਂਗੇ,
ਫੇਰ ਆਪਾਂ ਜਾਣਾ ਕਾਲਜ ਆਪਾਂ ਦਾ ਕੈਮਰਾ ਖੋਲ ਕੇ ਰਾਤ ਨੂੰ ਸਟਾਰਟ ਹੋ ਜਾਂਦਾ ਕੰਮ ਫੇਰ ਆਪਾਂ ਜਾਣਾ ਕਾਲਜ ਨੂੰ ਕਿਉਂਕਿ ਕਲਾਸਾਂ ਲਾਉਣੇ ਜ਼ਰੂਰੀਆਂ ਫੇਰ ਸ਼ਾਮੀ ਆ ਕੇ ਆਪਾਂ ਕੋਰੀਅਰ ਨੂੰ ਕਰਾਂਗੇ ਅਨਪੈਕ ਖੋਲਾਂਗੇ ਪ੍ਰੋਪਰਲੀ ਫਿਰ ਦੇਖਦੇ ਹਾਂ ਕੀ ਸਮਾਨ ਆਇਆ ਕਿਹੜੀਆਂ ਕਿਹੜੀਆਂ ਪਿੰਨੀਆਂ ਆਈਆਂ ਕਿਹੜੀਆਂ ਪਲੇਨ ਆਈਆਂ ਪਿੰਨੀਆਂ ਕਿ ਡਰਾਈ ਫਰੂਟ ਵਾਲੀਆਂ ਆਈਆਂ ਗੁੜ ਵਾਲੀਆਂ ਆਈਆਂ ਕਿ ਖੰਡ ਵਾਲੀਆਂ ਆਈਆਂ ਬਾਕੀ ਸਮਾਨ ਸੁਣ ਦੇਖਾਂਗੇ ਕਿਸ ਦਿਨ ਬਾਈ ਨੇ ਮੰਗਾਇਆ ਫਿਰ ਤੁਹਾਨੂੰ ਦੱਸਾਂਗੇ ਪ੍ਰੋਪਰ ਸਾਡੇ ਕਿੰਨੇ ਪੈਸੇ ਲੱਗੇ ਪਰ ਕੇ ਜੀ ਦੇ ਹਿਸਾਬ ਨਾਲ ਉਹ ਚੀਜ਼ਾਂ ਤੁਹਾਨੂੰ ਸ਼ਾਮੀ ਦੱਸਾਂਗੇ ਤੁਸੀਂ ਤਾਂ ਕੀ ਵੇਟ ਕਰਨਾ ਬਣਾ ਦੇਣਾ ਐਡਿਟ ਕਰਕੇ ਤੁਹਾਨੂੰ ਸਿੱਧਾ ਸ਼ਾਮ 'ਤੇ ਲਿਖਾ ਦੇਣਾ ਸਾਨੂੰ ਵਾਲੇ 2-4 ਘੰਟੇ ਉੱਥੇ ਕਾਲਜ ਲਾਉਣੇ ਪੈਣੇ ਕਾਲਜ ਲਾ ਕੇ ਆਉਂਦੇ ਫਿਰ ਆਪਾਂ ਕੰਟੀਨਿਊ ਕਰਦੇ ਹਾਂ ਬਾਕੀ ਹੁਣ ਆਪਾਂ ਜਾ ਰਹੇ ਹਾਂ ਆਪਣੇ ਫਲੈਟ ਵੱਲ ਨੂੰ ਦੇਖੋ ਨਜ਼ਾਰੇ ਆਪਣੇ ਫਲੈਟ ਨੂੰ ਸਿੱਧੀ ਜਾਂਦੀ ਸਟਰੀਟ ਉੱਥੋਂ ਬੱਸ ਸਟੋਪ ਤੋਂ ਆਹ ਲਾ ਇੱਧਰ ਕਰੇਨ ਲਾਈ ਹੈ ਮਿੱਤਰਾਂ ਨੇ ਖਿੜਕੀਆਂ ਸਾਫ਼ ਕਰਦਾ ਪਤਾ ਨਹੀਂ ਕਿਆ ਕਰਦੇ ਆਪਾਂ ਇੱਧਰ ਲੰਘ ਜਾਣਾ ਚਲੋ ਜੀ ਹੁਣ ਚੱਲਦੇ ਹਾਂ ਫਲੈਟ 'ਤੇ ਤੁਹਾਨੂੰ ਮਿਲਦੇ ਹਾਂ ਸ਼ਾਮੀ Four hours later. ਲਓ ਵੀ ਮਿੱਤਰੋ ਪਾਰਸਲ ਖੁੱਲੀਏ ਅਤੇ ਪਿੰਨੀਆਂ ਖਾਈਏ ਚੱਕ ਦੋ ਫੱਟੇ ਫਟਾਫਟ ਖਾਸਾ ਟਾਈਮ ਹੋ ਗਿਆ ਮੱਥਾ ਮਾਰਦੇ ਨੂੰ ਚੱਕੋ ਚੱਲ 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 ਇੱਕ ਹੱਥ ਨਾਲ ਮਾਰ ਲਈ ਗਾਲ ਵਰਜਿਤ ਹੈ ਪਤਾ ਵਲੋਗ ਤੁਹਾਨੂੰ ਗਾਲ ਵਰਜਿਤ ਹੈ ਮੈਨੂੰ ਅਡੇਟ ਹੀ ਨਹੀਂ ਉਹਦਾ ਕਿੰਨਾ ਟਾਈਮ ਖਰਾਬ ਹੋ ਜਾਣਾ ਲਓ ਵੀ ਮਿੱਤਰੋ ਕਰਤਾ ਕਾਰਡ ਆਪਾਂ ਖਲਾਰੇ ਪਾਤੇ ਖਲਾਰੇ ਖਲਾਰੇ ਪਾਤੇ ਖਲਾਰੇ ਖਲਾਰੇ ਪਾਤੇ ਖਲਾਰੇ ਚੱਕ ਹੋ ਜੀ ਪਿੰਨੀਆਂ ਕੱਢੋ ਬਸ ਮੈਂ ਸਾਡੇ ਤੇ ਪਿੰਨੀਆਂ ਮਤਲਬ ਨਹੀਂ ਹੈ ਲੈ ਵੀ ਲੈ ਲਓ ਵੀ ਮਿੱਤਰੋ ਲਓ ਵੀ ਛੋੜਾ ਹੋ ਗਿਆ ਲੀੜੇ ਆ ਗਏ ਪਹਿਲਾਂ ਦਾ ਚੱਕੋ ਲੈ ਨਾਇਕੀ ਦੀ ਉੱਡੀ ਗੱਲਬਾਤ ਇਹ ਤਾਂ ਮੈਂ ਪਾਇਆ ਨੀ ਪਰ ਮੇਰੇ ਪੂਰੀ ਨਹੀਂ ਆਉਣੀ ਪੂਰੀ ਨਹੀਂ ਆਉਣੀ ਮੇਰੇ ਲੈ ਵੀ ਛਤਰੀ ਲਓ ਵੀ ਐਚ ਆਰ ਐਕਸ ਦੀ ਇੱਕ ਉੱਡੀ ਆ ਗਈ 550 ਦੀ ਇੰਡੀਆ ਦੇ ਠੀਕ ਹੈ ਵਧੀਆ ਆਹ ਬੈਲਟ ਆ ਗਈ ਇੱਕ ਠੀਕ ਹੈ ਹੋਰ ਕਿਆ ਆ ਗਿਆ ਕਾਰਗੋ ਆਹ ਕਾਰਗੋ ਪੈਂਟ ਇਹ ਤਾਂ ਪੱਗ ਆ ਲੋਅਰ ਵੀ ਠੀਕ ਆ ਹਾਂ ਵਧੀਆ ਅੱਛਾ ਦੂਜਾ ਆਹ ਤਾਂ ਕੰਮ ਹੀ ਘੈਂਟ ਹੋ ਗਿਆ ਹਾਂ ਯਾਰ ਮੇਰੇ ਮਤਲਬ ਉਹਦਾ ਕੰਮ ਕਰੋ ਇਹਨੂੰ ਮੈਂ ਸਾਈਡ 'ਤੇ ਰੱਖਦਾ ਆਪਾਂ ਕੰਮ ਜਿਹਾ ਕਰਨਾ ਇਹਦੇ ਸਾਈਡ 'ਤੇ ਇਹਨਾਂ ਸਾਈਡ 'ਤੇ ਰੱਖੋ ਚਲੋ ਇੱਕ ਹੋਰ ਡੱਬਾ ਚਲੋ ਚਲੋ ਆਪਣਾ ਕੰਮ ਹੋ ਗਿਆ ਚੰਗਾ ਬਾਈ ਸਤਿ ਸ਼੍ਰੀ ਅਕਾਲ ਓਕੇ ਆਪਾਂ ਚੱਲੇ ਡੱਬਾ ਚੱਕ ਕੇ ਚੱਪਲਾਂ ਚੱਪਲਾਂ ਇੱਥੇ ਲੈ ਲਈਆਂ ਕਿ ਡਾਲਰ ਦੀਆਂ ਵਧੀਆ ਕੈਪ ਨਾ ਆਉਣ ਵਾਲੀ ਸ਼ਾਵਰ ਕੈਪ ਅੱਛਾ ਮੈਂ ਕਿਹਾ ਸ਼ਾਵਰ ਵਾਲੀ ਆ ਡਾਕਟਰ ਬਣ ਗਿਆ ਉਹ ਜਿਹੜਾ ਕਰੋਨਾ ਵੇਲੇ ਘੁੰਮਦੇ ਸੀ ਨਾ ਪਾ ਕੇ ਡਰੈਸਾਂ ਵੀ ਉਦੋਂ ਦਾ ਕੰਮ ਬਣ ਗਿਆ ਵਧੀਆ ਬੈਗ ਵੀ ਮੰਗਾਇਆ ਵਾ ਜੀ ਉਹ ਵਾਹ ਵਾਹ ਕਿਆ ਬਾਤ ਹੈ ਫੌਜੀ ਬੈਗ ਆ ਗਿਆ ਫੌਜੀ ਬੈਗ ਆ ਗਿਆ ਗੱਲਬਾਤ ਕਿਸੇ ਕੱਪੜੇ ਕੁਪੜੇ 'ਚ ਪਾਈਆਂ ਹੋਣਗੀਆਂ ਲੈ ਵੀ ਆਹ ਕਿਹੜਾ ਰੰਗ ਹੁੰਦਾ ਹੈ ਪਿੰਕ ਹੁੰਦਾ ਪਿੰਕ ਤਾਂ ਨਹੀਂ ਹੈਗਾ ਯਾਰ ਪੀਚ ਅਤੇ ਪਿੰਕ ਜਾਂ ਮਿਕਸ ਜਾਣਾ ਇਹ ਤੁਹਾਡੇ ਇੱਕ ਹੋਰ ਆ ਗਈ ਟੋਪੀ ਲਓ ਦੋ ਦੋ ਟੋਪੀਆਂ ਲੈ ਵੀ ਵੇਲਣਾ ਆ ਗਿਆ ਰੋਟੀ ਨੌਖੇ ਹੋਏ ਸੀ ਅੱਜ ਇਹਦੇ ਨਾਲ ਮੰਨਣਗੇ ਰੋਟੀਆਂ ਹੋਰ ਕਿਆ ਓਹੋ ਲਓ ਵੀ ਮਿੱਤਰੋ ਪਿੰਨੀਆਂ ਛੱਕ ਲਓ ਮੁੜ ਕੇ ਮੁੱਕ ਜਾਣੇ ਬਸ ਇਹ ਚੱਲਣੀਆਂ ਦੋ ਕਦੇ ਨਹੀਂ ਚੱਕਦੇ ਨਹੀਂ ਆਪਾਂ ਫਟਾਫਟ ਆ ਰਹੇ ਹਾਂ ਦੋ ਦਿਨ ਚੱਲਣ ਦੇ ਨਹੀਂ ਹੈ ਇੰਨੀ ਛੇਤੀ ਕਿੱਥੇ ਬਚਣੀ ਹੈ ਮੇਰੀਆਂ ਆਏ ਨੇ 4 ਕੁ ਦਿਨਾਂ ਨੂੰ ਬਸ ਮੇਰਾ ਟ੍ਰਾਂਸਲੇਟ 'ਚ ਆ 4 ਦਿਨਾਂ ਨੂੰ ਮੇਰਾ ਆਇਆ ਨਾ ਉਹ ਕਿਆ ਨਾਮ ਹੈ ਫੈਡੈਕਸ ਤੋਂ ਹੀ ਆਉਣਾ ਹੋਇਆ ਮੇਰਾ ਵੀ ਸ਼ਾਇਦ ਖੁੱਲ ਜਾ 3 ਡੇਸ ਲੇਟਰ ਚਲੋ ਜੀ ਸਾਡਾ ਮੇਰਾ ਵੀ ਪੈਕੇਜ ਆ ਗਿਆ ਸੀਗਾ ਇਹ ਵੀਡੀਓ ਸ਼ਾਇਦ ਤੁਸੀਂ ਬਾਅਦ 'ਚ ਦੇਖੋਗੇ ਮੈਂ ਆਪਣੇ ਵਲੌਗ 'ਚ ਐਡ ਕਰ ਦੂੰਗਾ ਇਸ ਸਟੋਰ 'ਤੇ ਆ ਗਿਆ ਮੇਰਾ ਪੈਕੇਜ ਅਤੇ ਆਪਾਂ ਚੱਕਣ ਜਾ ਰਹੇ ਹਾਂ ਕਿੰਗ ਸਕੁਅਰ ਦੇ ਨਾਲ ਹੀ ਹੈ ਬਿਲਕੁਲ ਆਪਣੇ ਘਰ ਦੇ ਕੋਲ
ਤੇ ਮੈਸੇਜ ਆਇਆ ਸੀ ਮੈਨੂੰ ਵੀ ਤੁਹਾਡਾ ਪੈਕੇਜ ਇੱਥੇ ਪਿਆ ਸੋ ਇੱਥੋਂ ਚੱਕਦੇ ਆਂ ਆਪਾਂ ਆਜੋ ਚੱਲੀ ਜਾਂਦਾ ਚਲੋ ਜੀ ਆਪਾਂ ਚੱਕ ਲਈ ਆਪਣਾ ਪੈਕੇਜ ਹੁਣ ਆ ਦੇਖ ਸਕਦੇ ਹਾਂ ਬਾਕੀ ਘਰੇ ਜਾ ਕੇ ਕਰਦੇ ਹਾਂ ਤੇ ਇਹ ਜਿਹੜਾ ਮੈਂ ਵਲੌਗ ਬਣਾਇਆ ਸੀਗਾ ਪੈਕੇਜ ਦਾ ਐਡੀਟਿੰਗ ਕਰਨ 'ਚ ਥੋੜ੍ਹਾ ਡਿਲੇ ਹੋ ਗਿਆ ਅਤੇ ਛੇਤੀ ਛੇਤੀ ਅਪਲੋਡ ਵੀ ਕਰੂੰਗਾ ਮੈਂ ਇਹ ਵੀਡੀਓ ਤੁਸੀਂ ਦੇਖ ਲਉਂਗੇ ਉਹਦੇ 'ਚ ਅਤੇ ਬਾਈ ਦਾ ਪੈਕੇਜ ਚੱਕ ਕੇ ਲਏ ਸੀ ਅਤੇ ਮੇਰਾ ਚੱਕ ਕੇ ਲਏ ਸੀ ਮੇਰੇ ਵਾਲੀ ਮੈਂ ਡਿਟੇਲ ਨਾਲ ਤੁਹਾਨੂੰ ਉੱਦਾਂ ਸਕਰੀਨ 'ਤੇ ਦੱਸ ਦੂੰਗਾ ਮੇਰੇ ਕਿੰਨੇ ਪੈਸੇ ਲੱਗੇ ਸੀਗੇ ਅਤੇ ਆਹ ਵੀਡੀਓ ਸੇਮ ਉਹਦੇ 'ਚ ਐਡ ਹੋਊਗੀ ਸੋ ਤੁਸੀਂ ਕਨਫਿਊਜ਼ ਨਾ ਆਇਓ ਬਾਕੀ ਧੰਨਵਾਦ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਪ੍ਰੈਸ ਬੈਲ ਆਈਕਨ ਏ ਫਿਊ ਮਿੰਟਸ ਲੇਟਰ ਲੋ ਵੀ ਹੁਣ ਕੱਟਦੇ ਆਂ ਆਪਾਂ ਆਪਦਾ ਕੱਟਦੇ ਕੇਕ ਥੋੜਾ ਕੱਟਣਾ ਆਪਣਾ ਕੋਰੀਅਰ ਖੋਲੀਏ ਜਿਹੜਾ ਆਇਆ ਘਰੋਂ ਕਿੰਨੀਆਂ ਖਾਣੀਆਂ ਮੇਨ ਤਾਂ ਆਪਾਂ ਬਾਕੀ ਤਾਂ ਇੱਕ ਕਦਾਂ ਚੱਕੋ ਖਰਾਬ ਕੱਟ ਜਾ ਭਾਵ ਤਾਂ ਚਾਕੂ ਕਿੱਦਾਂ ਵੇਖਿਆ ਆਹ ਮੇਰੇ ਗਾਰਡ ਤੇ ਕਵਰ ਵਗੈਰਾ ਆ ਗਏ ਸਾਰੇ ਐਕਸਟੈਂਸ਼ਨ ਕੰਮ ਦਿੱਤੀ ਕਿੱਥੇ ਮੈਂ ਵੀ ਕੁੜਤਾ ਵੀ ਮੈਂ ਵੀ ਆ ਗਿਆ ਹੁੰਡੀ ਵੀ ਆ ਗਈ ਹੈ ਮੇਰੀ ਫੋਟੋ ਕੱਟ ਲਈ ਇਹਨੂੰ ਮੈਂ ਨੇੜੇ ਗਾਣਾ ਚਾਹੁੰਦਾ ਸੀ ਪਰਦਾ ਜੀਨਸਾਂ ਮੈਂ ਕੀ ਆ ਖੋਲ ਕੇ ਦੇਖਣਾ ਪੈਣਾ ਵੀ ਉੱਪਰ ਆ ਗਈ ਆ ਲਓ ਪੱਗਾਂ ਆ ਗਈਆਂ ਨਵੀਆਂ ਆਪਣੀ ਲਓ ਮੇਨ ਬਾਕੀ ਆ ਬੈਲਟ ਵੁਲਟ ਆ ਗਈ ਤੇ ਵਾਲਟ ਆ ਗਿਆ ਬਸ ਆਪਾਂ ਜ਼ਿਆਦਾ ਨਹੀਂ ਮੰਗਾਇਆ ਥੋੜ੍ਹੇ ਮੰਗਾਇਆ ਸਮਾਨ ਮੇਨ ਆਪਣੇ ਪਿੰਨੀਆਂ ਨੇ ਕਿਲੋ ਡੇਢ ਕਿਲੋ ਪਿੰਨੀਆਂ ਬਹੁਤ ਆਪਾਂ ਨੂੰ ਮੁੱਕਦੀਆਂ ਨਹੀਂ ਹੈ ਫਿਰ ਮੰਗਾ ਲਾਂਗੇ ਅਗਲੇ ਦਿਨ ਚਲੋ ਜੀ ਹੁਣ ਆਪਾਂ ਵਿਹਲੇ ਹੋ ਗਏ ਹਾਂ ਥੋੜ੍ਹੀ ਆਪਾਂ ਸਾਰਾ ਖੋਲ੍ਹ ਲਿਆ ਸੀਗਾ ਅਤੇ ਬਾਈ ਹੁਣੇ ਰੋਟੀ ਬਣਾਉਣ ਲੱਗ ਗਿਆ ਅਤੇ ਮੈਂ ਸੋਚਿਆ ਤੁਹਾਨੂੰ ਥੋੜ੍ਹੀ ਇਨਫੋਰਮੇਸ਼ਨ ਦੇ ਦਾਂ ਇਹਦੇ ਬਾਰੇ ਅਤੇ ਆਪਾਂ ਵੀਡੀਓ ਨੂੰ ਐਂਡ ਵੀ ਕਰ ਦਿੰਦੇ ਹਾਂ ਕਿ ਜ਼ਿਆਦਾ ਲੰਬੀ ਨਾ ਹੋਵੇ ਸੋ ਬੇਸਿਕਲੀ ਤੁਹਾਨੂੰ ਦੱਸਣਾ ਚਾਹੂੰਗਾ ਜੋ ਕੋਰੀਅਰ ਦਾ ਖਰਚਾ ਆਪਣਾ ਆਇਆ ਆਲਮੋਸਟ 10,500 ਰੁਪਇਆ ਆ ਬਾਈ ਉਹਨਾਂ ਦਾ ਅਤੇ ਉਹਦੇ 'ਚ ਵੇਟ ਅਰਾਊਂਡ 12.5 ਤੋਂ 13 ਕਿਲੋ ਦੇ ਵੇਟ ਸੀਗਾ ਹੁਣ ਤੁਸੀਂ ਡਿਵਾਈਡ ਕਰਕੇ ਦੇਖ ਲਓ 850-850 ਰੁਪਏ ਕਿਲੋ ਪਰ ਕੇ ਜੀ ਪਿਆ ਸੋ ਬੇਸਿਕਲੀ ਰੇਟ ਆਹੀ ਚੱਲਦਾ ਸਾਰੇ ਪਾਸੇ 700-800 ਦੇ ਵਿੱਚ ਤਾਂ ਡਿਪੈਂਡ ਕਰਦਾ ਤੁਹਾਡੇ ਕੀ ਸਮਾਨ ਮੰਗਾ ਰਹੇ ਹੋ ਇਲੈਕਟ੍ਰੋਨਿਕਸ ਹੈ ਖਾਣ ਪੀਣ ਦਾ ਹੈਗਾ ਜਾਂ ਕੁਛ ਵੀ ਸੋ ਜਿਹੜਾ ਬੈਕਗਰਾਊਂਡ ਨੋਇਜ਼ ਆ ਰਿਹਾ ਉਹਦੇ ਲਈ ਮੈਂ ਮਾਫੀ ਚਾਹੁੰਦਾ ਬਟ ਉਹ ਬਾਈ ਹੁਣੇ ਰੋਟੀ ਬਣਾਈ ਦਾ ਚਲ ਕੋਈ ਗੱਲ ਨਹੀਂ ਅਤੇ ਆਹ ਚੀਜ਼ਾਂ ਦਾ ਹੁਣ ਡਿਪੈਂਡ ਕਰਦਾ ਤੁਸੀਂ ਮੰਗਵਾ ਕੇ ਰਹੇ ਹੋ ਇਲੈਕਟ੍ਰੋਨਿਕ ਦਾ ਚਾਰਜ ਜ਼ਿਆਦਾ ਕਰਦੇ ਆ ਸੋ ਬੇਸਿਕ ਕੋਸ਼ਿਸ਼ ਕਰੋ ਹਮੇਸ਼ਾ ਕਿ ਉਹਦੇ ਪੁਰਾਣੇ ਕੱਪੜੇ ਜਾਂ ਨਵੇਂ ਵੀ ਅਗਰ ਮੰਗਵਾ ਰਹੇ ਹੋ ਤਾਂ ਕੋਈ ਵੀ ਟੈਗ ਨਾ ਹੋਵੇ ਕੋਈ ਵੀ ਪੈਕਿੰਗ ਨਾ ਹੋਵੇ ਸੈਕਿੰਡਲੀ ਅਗਰ ਤੁਸੀਂ ਕੁਝ ਖਾਣ ਚੀਜ਼ ਦੀ ਆਈਟਮ ਮੰਗਾ ਰਹੇ ਹੋ ਤਾਂ ਘੱਟ ਰੱਖੋ ਤਾਂ ਕਿ ਤੁਹਾਡਾ ਵੇਟ ਇਨਕਰੀਜ਼ ਨਾ ਹੋਵੇ ਸੋ ਟਰਾਈ ਕਰੋ 10 ਕਿਲੋ ਤੱਕ ਹੀ ਬਣਾਵਾ ਉਹਦਾ ਪਾਰਸਲ ਅਤੇ ਜਿੰਨਾ ਕੁ ਬਾਕੀ ਤੁਸੀਂ ਅਫੋਰਡ ਕਰ ਸਕਦੇ ਹੋ ਵੀ ਅਗਰ ਤੁਸੀਂ ਇਕੱਠਾ ਮੰਗਾ ਰਹੇ ਹੋ ਸਮਾਨ ਤਾਂ ਹਾਂ ਸਸਤਾ ਤਾਂ ਪੈਂਦਾ ਹੀ ਪੈਂਦਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਜੇ ਤੁਸੀਂ ਇੱਥੋਂ ਕੱਪੜੇ ਲੈਂਦੇ ਹੋ ਮਨ ਫੋਰ ਐਗਜ਼ਾਮਪਲ ਅਗਰ ਅਸੀਂ ਇੱਥੋਂ ਕੁੱਡੀ ਵੀ ਲੈਣੇ ਆ ਉਹ ਵੀ $40 ਦੀ ਆ ਇੰਡੀਆ ਵੱਲੋਂ ਹੀ $10 ਦੀ ਮਿਲ ਜਾਂਦੀ ਹੈ $10-12 ਦੀ ਸੋ ਫਰਕ ਤਾਂ ਹੈਗਾ ਹੀ ਆ ਬਾਕੀ ਰਹੀ ਦੂਜੇ ਪਾਸੇ ਗੱਲ ਕਸਟਮ ਡਿਊਟੀ ਦੀ ਸੋ ਇੱਕ ਸਾਡੇ ਹੋਰ ਸਟੂਡੈਂਟ ਆਪਣਾ ਹੈਗਾ ਕਾਲਜ 'ਚ ਉਹਨੇ ਮੰਗਵਾਇਆ ਸੀ ਲਾਸਟ ਮੰਥ ਅਤੇ ਉਹਦਾ ਚਾਰਜ ਲੱਗਿਆ ਸੀਗਾ $20 ਕਸਟਮ ਡਿਊਟੀ ਜਦੋਂ ਕੋਰੀਅਰ ਪਿੱਕ ਕਰਨ ਗਿਆ ਬਟ ਸਾਡਾ ਕੋਈ ਚਾਰਜ ਨਹੀਂ ਲੱਗਿਆ ਤੁਸੀਂ ਦਿਨੇ ਵੇਖਿਆ ਆਪਾਂ ਸਿਰਫ ਗਏ ਉੱਥੇ ਅਤੇ ਆਪਾਂ ਸਿੱਧਾ ਕੋਰੀਅਰ ਚੱਕ ਕੇ ਆਪਦਾ ਘਰ ਆ ਗਏ ਸੋ ਇਹ ਡਿਪੈਂਡ ਕਰਦਾ ਕੋਰੀਅਰ ਸਰਵਿਸ ਉੱਤੇ ਵੀ ਅਤੇ ਡਿਪੈਂਡ ਕਰਦਾ ਤੁਸੀਂ ਮੰਗਵਾ ਕੇ ਰਹੇ ਹੋ
ਸੋ ਇਹ ਚੀਜ਼ਾਂ ਦਾ ਧਿਆਨ ਰੱਖਣਾ ਬਾਕੀ ਬੇਸਿਕ ਜੋ ਡਿਟੇਲਾਂ ਹੈ ਤੁਸੀਂ ਆਪਦੇ ਲੋਕਲ ਕਿਸੇ ਵੀ ਕੁਰੀਅਰ ਪ੍ਰੋਵਾਈਡਰ ਤੋਂ ਜਾ ਕੇ ਪੁੱਛ ਸਕਦੇ ਹੋ ਕੀ ਚੀਜ਼ਾਂ ਦੀ ਰਿਕੁਆਇਰਮੈਂਟ ਨੇ ਕੀ ਚੀਜ਼ਾਂ ਅਸੀਂ ਭੇਜ ਸਕਦੇ ਹਾਂ ਉਹ ਡਿਪੈਂਡ ਕਰਦਾ ਹੈ ਕੰਪਨੀ ਟੂ ਕੰਪਨੀ ਅਤੇ ਕੋਰੀਅਰ ਤੋਂ ਕੋਰੀਅਰ ਕਿਹੜੀ ਕੰਪਨੀ ਤੋਂ ਭੇਜ ਰਿਹਾ ਇੰਡੀਆ ਪੋਸਟ ਤੋਂ ਭੇਜ ਰਿਹਾ ਫੈਡਐਕਸ ਤੋਂ ਬਲੂ ਡਾਟ ਤੋਂ DHL ਕਿੰਨੇ ਹੀ ਨੇ ਪਤਾ ਹੀ ਨਹੀਂ ਮਤਲਬ ਡਿਪੈਂਡ ਕਰਦਾ ਕਿਸ ਤੋਂ ਆ ਰਿਹਾ ਮੁੱਕਦੀ ਗੱਲ ਤਾਂ ਇੱਥੇ ਹੈ ਜੀ ਸੋ ਜੋ ਮੇਰਾ ਕੋਰੀਅਰ ਹੈ ਉਹ ਵੀ ਅਸੀਂ ਫੈਡਐਕਸ ਤੋਂ ਹੀ ਮੰਗਵਾਇਆ ਕੋਰੀਅਰ ਆਪਣਾ ਅਤੇ ਮੇਰਾ ਆਲਮੋਸਟ ਜੋ ਚਾਰਜ ਲੱਗੇ ਉਹ 7500 ਮੇ ਬੀ ਪਤਾ ਨਹੀਂ 8500 ਇੰਨੇ ਕੁ ਲੱਗੇ ਮੈਨੂੰ ਯਾਦ ਨਹੀਂ ਗੇ ਅਤੇ ਨੌ ਕੁ ਕਿਲੋ ਵੇਟ ਹੋਣਾ ਮੇ ਬੀ ਇੰਨਾ ਕੁ ਹੋਣਾ 9-9.5 ਕਿਲੋ ਸੋ ਤੁਸੀਂ ਆਪੇ ਇਹ ਵੀ ਕੈਲਕੂਲੇਸ਼ਨ ਕਰ ਲਿਓ ਕਿੰਨੇ ਲੱਗੇ ਪੈਸੇ ਅਤੇ ਬਾਕੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋ ਗਈ ਮੈਂ ਨਹੀਂ ਚਾਹੁੰਦਾ ਰਹਿਣਾ ਆਪਾਂ ਲੰਬੀ ਖਿੱਚੀਏ ਸੋ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਸੀਂ ਚੈਨਲ 'ਤੇ ਪਹਿਲੀ ਵਾਰ ਆਏ ਹੋ ਅਤੇ ਮੇਰੇ ਸੋਸ਼ਲ ਮੀਡੀਆ ਹੈਂਡਲਸ ਨੂੰ ਫੋਲੋ ਜ਼ਰੂਰ ਕਰ ਲਿਓ ਤਾਂ ਕਿ ਮੇਰੇ ਲਾਈਫ 'ਚ ਡੇਲੀ ਅਪਡੇਟ ਮਿਲਦੀ ਰਹੇ ਅਤੇ ਮਿਲਦੇ ਹਾਂ ਜੇ ਅਗਲੇ ਕਿਸੇ ਹੋਰ ਵਲੋਗ 'ਚ ਉਦੋਂ ਤੱਕ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਾਯੋਨਾਰਾ ਗੁੱਡ ਬਾਏ